ਗਮਨ ਐ ਕਿਉਂ ਕਰਦੇ ਨਾ ਗਰੀ ਲੈ ਰੂਨੇ ਉਹਨੂੰ ਕਿਤੇ ਵੀ ਕਰਨ ਦਿੰਦੇ ਚਾਹੇ ਸਾਨੂੰ ਪੁਲਿਸ ਕੁੱਟੀ ਮਤਲਬ ਕੁਛ ਵੀ ਕਰ ਲਏ ਪਰ ਹੁਣ ਸਾਨੂੰ ਪਤਾ ਇੱਥੇ ਕਾਂਗਰਸ ਦੀ ਸਰਕਾਰ ਹੈ ਮਤਲਬ ਕਿਉਂ ਕੁੱਟੂਗੀ ਘੇਰਦੇ ਸੀ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਵੀ ਸਿਆਸੀ ਹੋ ਗਿਆ ਕੋਈ ਗੱਲ ਨਹੀਂ 20 ਤਰੀਕ ਤੱਕ ਨੂੰ ਰਾਹਤ ਦੇ ਦਿੱਤੀ ਤੇ ਜੇ ਨਾ ਕੁਛ ਕਰਿਆ ਕਿੱਲੀਆਂ ਜਿਵੇਂ ਭਾਰਤੀ ਜਨਤਾ ਪਾਰਟੀ ਦੀਆਂ ਕਸੀਆਂ ਨੇ ਤੇ ਕਿੱਲੀਆਂ ਜਾਂਦੀ ਵੀ ਨੁਕਰ ਕਰ ਦਾਂਗੇ ਖੁਸ਼ ਤਾਂ ਅਸੀਂ ਉੱਤੇ ਹੋਵਾਂਗੇ ਕੋਈ ਇੱਕ ਬੁੜੇ ਨੂੰ ਕਹਿਣ ਲੱਗਿਆ ਮੁੰਡਾ ਕਹਿੰਦਾ ਬਾਪੂ ਮੈਂ ਦਾਰੂ ਦਾ ਢੋਲ ਪਾਤਾ ਤੇਰੇ ਵਾਸਤੇ ਕਹਿੰਦਾ ਨਾ ਮੈਨੂੰ ਯਕੀਨ ਉਹ ਕਹਿੰਦਾ ਬਸ ਬਣ ਗਈ ਕਹਿੰਦਾ ਮੈਨੂੰ ਯਕੀਨ ਉਹ ਤੈਨੂੰ ਯਕੀਨ ਕਰਦੇ ਹੋ ਕਹਿੰਦਾ ਜਿਹਦੇ ਪੇਕ ਪਾ ਕੇ ਫੜਾ ਦੇਗਾ ਮੈਨੂੰ ਯਕੀਨ ਉੱਤੇ ਆਊਗਾ ਜਿੱਦੇ ਰਾਜ ਨੇ ਕੁਛ ਕਰਤਾ ਉਹਨੂੰ ਕੈਸਰ ਕੁਸਰ ਕਰਤਾ ਇੱਦਾਂ ਉੱਤੇ ਜਾਣਾਂਗੇ ਵੀ ਕਰਤਾ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈ ਵੀ ਕਿਸਾਨ ਦਰਦੀ ਨਹੀਂ ਸੀ ਜੇਲ੍ਹ 'ਚ ਨਹੀਂ ਦਰਦਾ ਮਤਲਬ ਮੈਂ ਹੁਣ ਗੱਡੀ ਵੀ ਲੈਣ 'ਤੇ ਪੈਂਦਾ ਮਤਲਬ ਜੇ ਅੱਜ ਵੀ ਸੁਨੇਹਾ ਜੇ ਉੱਥੇ ਜਾਊਂਗਾ ਮਤਲਬ ਜੇ ਲੋਕਾਂ ਵਾਸਤੇ ਲੜਨਾ ਨਾ ਆਪਦਾ ਕੁਛ ਨਾ ਕੁਛ ਕਮਾਉਣਾ ਜਿਹੜਾ ਮੇਰਾ ਖਿਆਲ ਹੈ ਵੀ 10-15 ਸਾਲ ਕਦੇ ਨਾਰੇ ਨਹੀਂ ਉੱਥੇ ਲੱਗੇ ਅਤੇ ਤੁਹਾਡੇ ਸਾਹਮਣੇ ਨਾਰੇ ਲੱਗ ਗਏ ਆ ਕਾਪੀਆਂ ਉਹਨੇ ਪਾੜ ਕੇ ਥੱਲੇ ਮੇਰੇ ਸੈਕਟਰ ਨੇ ਪਾੜੀਆਂ ਨੇ ਮੁੰਡਾ ਪ੍ਰੈਸ ਕਤਰਾ ਮੇਰੀ ਗੱਡੀ ਵੀ ਚਲਾਉਂਦਾ ਹੈਗਾ ਅਤੇ ਉਹਨੇ ਮਤਲਬ ਪਾੜੀਆਂ ਨੇ ਪੰਜਾਬ ਦਾ ਕਿਸਾਨ ਨੂੰ ਐਂ ਨਹੀਂ ਪਤਾ ਵੀ ਇਹ ਬਾਬੇ 40-40 ਸਾਲ ਦੇ ਲੜੀ ਜਾਂਦੇ ਨੇਗੇ ਅਸੀਂ 7 ਬੰਦੇ ਮੂਹਰੇ ਲਾਏ ਜੀ ਕੱਲ੍ਹ ਦਾ ਸੰਘਰਸ਼ ਹੋਇਆ ਸੀ ਦੇਖਿਆ ਕਿਸਾਨ ਮਿਲਣ ਗਏ ਪਰ ਉੱਥੋਂ ਬੇਸਿੱਟਾ ਮੁੜੇ ਆਏ ਮੁੰਡੇ ਵਾਲੇ ਬਾਬੇ ਦੀ ਕੱਲ੍ਹ ਵੀ ਗੱਲ ਹੁੰਦੀ ਸੀ ਕਿ ਆਖਰ ਸਭ ਤੋਂ ਮੂਹਰੇ ਸੀਗਾ ਕਾਗਜ਼ ਪੜਨ 'ਚ ਰੁੰਦੂ ਰਾਮ ਜੀ ਕੱਲ੍ਹ ਪਛਾਣ ਰਹੀ ਕਹਿੰਦੇ ਖੁੰਡੇ ਵਾਲਾ ਬਾਬਾ ਸਭ ਤੋਂ ਅੱਗੇ ਸੀ ਰੁੰਦੂ ਸਿੰਘ ਕਹਿੰਦੇ ਕਰਵਾਉਣਾ ਹਾਂਜੀ ਨਹੀਂ ਕੱਲ੍ਹ ਅਸੀਂ ਇੱਕ ਤਾਂ 7 ਮੈਂਬਰੀ ਕਮੇਟੀ ਨਹੀਂ ਸਾਡੀ ਗਈ ਅਸੀਂ 30 ਜਥੇਬੰਦੀਆਂ ਦਾ 2-2 ਆਗੂ ਗਏ ਹਾਂਗੇ ਮਤਲਬ ਗੱਲਬਾਤ ਉੱਥੇ ਇਹੀ ਹੈ ਵੀ ਗੱਲ ਵੀ ਮੇਰਾ ਖਿਆਲ ਹੈ 1.5 ਘੰਟੇ ਮੰਗੂ ਚੱਲੀ ਹੈ ਅੱਧਾ ਟਾਈਮ ਉਹਨੇ ਸੈਕਟਰੀ ਨਹੀਂ ਲਾਤਾ ਸਾਨੂੰ ਸਮਝਾਉਣ 'ਤੇ ਉਹ ਜਿਹੜੀ ਅਸੀਂ ਗੱਲ ਕਹਿੰਦੇ ਤਾਂ ਸਾਨੂੰ ਸਮਝਾਉਣਾ ਚਾਹੁੰਦੇ ਗੱਲ ਉਹੀ ਹੋਈ ਉਹ ਸਾਨੂੰ ਪੜਾਉਣਾ ਚਾਹੁੰਦੇ ਸੀਗੇ ਜਿਵੇਂ ਅਸੀਂ ਅਨਪੜ੍ਹ ਹੁੰਦੇ ਹਾਂ ਸਾਰੀਆਂ ਗੱਲਾਂ ਦੇ ਵਿੱਚ ਸੈਕਟਰੀ ਨੂੰ ਪਤਾ ਨਹੀਂ ਸੀ ਵੀ ਪੰਜਾਬ ਦਾ ਕਿਸਾਨ ਹੈ ਇਹ ਕਿਤੇ ਯੂਪੀ ਬਿਹਾਰ ਕਰਨੀ ਉਹਨੇ ਇਕੱਲੇ ਪੰਜਾਬ ਦਾ ਕਿਸਾਨ ਨੂੰ ਐਂ ਨਹੀਂ ਪਤਾ ਵੀ ਇਹ ਬਾਬੇ 40-40 ਸਾਲ ਦੇ ਲੜੀ ਜਾਂਦੇ ਨੇਗੇ ਅਸੀਂ 7 ਬੰਦੇ ਮੂਹਰੇ ਲਾਏ ਸੀ ਸਾਡੀ ਇੰਨੀ ਸਹਿਮਤ ਦੂਜਾ ਅਸੀਂ ਬੰਦਾ ਕੋਈ ਨਹੀਂ ਬੋਲਿਆ ਜੇ ਗੱਲ ਕਹਿਣੀ ਤੁਸੀਂ ਲੀਡਰ ਦੇ ਕੰਨ ਜਾ ਕੇ ਕਹਿ ਕੇ ਆਉਂਦੇ ਸੀ ਵੀ ਆਹ ਗੱਲ ਦਾ ਸਵਾਲ ਕਰ ਲਓ ਆਪ ਨਹੀਂ ਬੋਲਣਾ ਜੀ ਸਾਡੇ ਸੂਲ ਨੇ ਬਣਾਏ ਹੋਏ ਬਸ ਬਾ ਕਹਿੰਦੇ ਦੂਜਾ ਬੰਦਾ ਬੋਲੂਗਾ ਨਹੀਂ ਫਿਰ ਸਾਡੇ ਲੀਡਰਾਂ ਨੇ ਰਾਜਲ ਬਹੁਤ ਪੜ੍ਹਿਆ ਲਿਖਿਆ ਬੰਦਾ ਹੈਗਾ ਬਹੁਤ ਹੀ ਮਤਲਬ ਤਕੜੀਆਂ ਗੱਲਾਂ ਰੱਖੀਆਂ ਉਹਨਾਂ ਨੇ ਪਹਿਲਾਂ ਇਹ ਪੁੱਛਿਆ ਵੀ ਸਾਨੂੰ ਤੁਸੀਂ ਸੱਦਿਆ ਅਤੇ ਮੰਤਰੀ ਕਿੱਥੇ ਹੈਗਾ ਕਹਿੰਦੇ ਮੰਤਰੀ ਨੂੰ ਤਾਂ ਕੰਮ ਹੋ ਗਿਆ ਅਸੀਂ ਕਿਹਾ ਫਿਰ ਜੇ ਕੰਮ ਹੋ ਗਿਆ ਤਾਂ ਸਤਿ ਸ਼੍ਰੀ ਅਕਾਲ ਫਿਰ ਉਹ ਕਿਉਂ ਕੀ ਆ ਬਸ 1.5 ਘੰਟਾ ਸਾਡੇ ਬੰਦਿਆਂ ਨੇ ਗੱਲ ਕਰੀ ਹੈ 1.5 ਘੰਟਾ ਉਹ ਬੋਲੀ ਗਿਆ ਹੈਗਾ ਸਾਡੇ 7 ਬੰਦੇ ਬੋਲੇ 1.5 ਘੰਟਾ ਤਾਂ ਲੱਗ ਹੀ ਜਾਂਦਾ ਹੈਗਾ ਉਹ ਫਿਰ ਸਾਨੂੰ ਬੜਾ ਜ਼ੋਰ ਲਾਉਂਦੀ ਚਾਹ ਤਾਂ ਪੀ ਲਈ ਅਸੀਂ ਪਛਤਾਏ ਚਾਹ ਪੀ ਕੇ ਵੀ ਨਾ ਪੀਂਦੇ ਨਾ ਹੀ ਪੀਂਦੇ ਵੀ ਕਾਹਨੂੰ ਪੀ ਲਈ ਜਾ ਜਾਂਦੀ ਫਿਰ ਉਹ ਕਹਿੰਦਾ ਵੀ ਰੋਟੀ ਖਾਵਾਂਗੇ ਅਸੀਂ ਕਹਿੰਦੇ ਨਹੀਂ ਰੋਟੀ ਕਿਨੂੰ ਅਸੀਂ ਭੁੱਖੇ ਕਮਾਉਣਾ ਚਾਹੁੰਦੇ ਸੀਗੇ ਬਸ ਅਸੀਂ ਕਿੰਨੇ ਦੇਖੋ ਜ਼ਿਆਦਾ ਮੰਤਰੀ ਬਹਿ ਜਾਂਦਾ ਕੋਈ ਰੋਟੀ ਖਾਣਾ ਕਿਸੇ ਵੀ ਘਰੇ ਜਾਵੇ ਖਾ ਸਕਦੇ ਕੋਈ ਗੱਲ ਨਹੀਂ ਹੁੰਦੀ ਪਰ ਮੰਤਰੀ ਜਿਹਨੇ ਸਾਨੂੰ ਸੱਦਿਆ ਸੀ ਉਹ ਤਾਂ ਬੈਠੇ ਹੀ ਨਹੀਂ ਉਹ ਇੱਕ ਸਾਡੇ ਨਾਲ ਮਤਲਬ ਇਹੋ 400 ਵੀ ਕਰੀ ਹੈ ਪਹਿਲਾਂ ਚਿੱਠੀ ਗੱਦੜ ਚਿੱਠੀ ਕੱਢੀ ਸੀ ਅਤੇ ਉਹਨਾਂ ਨੇ ਫਿਰ ਮਾੜਾ ਜਿਹਾ ਵੀ ਸੁਣ ਲੈਣਾ ਸਰਕਾਰ ਗੱਲ ਕਰੂਗੀ ਉਹ ਕਰਤੀ ਫਿਰ ਤੁਹਾਨੂੰ ਪਤਾ ਹੀ ਹੈ ਜਿਹੜਾ ਮੇਰਾ ਖਿਆਲ ਹੈ ਵੀ 10-15 ਸਾਲ ਕਦੇ ਨਾਰੇ ਨਹੀਂ ਉੱਥੇ ਲੱਗੇ ਅਤੇ ਤੁਹਾਡੇ ਸਾਹਮਣੇ ਨਾਰੇ ਲੱਗ ਗਏ ਆ ਕਾਪੀਆਂ ਉਹਨੇ ਪਾੜ ਕੇ ਥੱਲੇ ਮੇਰੇ ਸੈਕਟਰ ਨੇ ਪਾੜੀਆਂ ਨੇ ਮੁੰਡਾ ਪ੍ਰੈਸ ਕਤਰਾ ਮੇਰੀ ਗੱਡੀ ਵੀ ਚਲਾਉਂਦਾ ਹੈਗਾ ਅਤੇ ਉਹਨੇ ਮਤਲਬ ਪਾੜੀਆਂ ਨੇ ਉਹ ਸਾਡਾ ਪੱਕਾ ਪ੍ਰੋਗਰਾਮ ਸੀ ਵੀ ਉਦੋਂ ਬਾਅਦ ਜੇ ਨਾ ਕੁਛ ਕਰਿਆ ਕਰਾਂਗੇ ਪੁਲਿਸ ਕਾਸੀ ਔਖੀ ਵੀ ਹੁੰਦੀ ਸਾਡੇ ਦੇ ਤੁਹਾਨੂੰ ਗ੍ਰਿਫਤਾਰ ਕਰ ਨਹੀਂ ਲੱਗਿਆ ਉੱਥੇ ਵੀ ਬਗਾਨੇ ਥਾਵੇਂ ਫਿਰਦੇ ਹੋਗੇ ਕਿਤੇ ਐਵੇਂ ਫੜ ਕੇ ਅੰਦਰ ਦੇਤਾ ਕੱਲ੍ਹ ਕਦੇ ਕਿਸਾਨ ਦਰਦੀ ਨਹੀਂ ਸੀ ਜੇਲ੍ਹ 'ਚ ਨਹੀਂ ਦਰਦਾ ਮਤਲਬ ਮੈਂ ਹੁਣ ਗੱਡੀ ਦੀ ਲੈਣ 'ਤੇ ਪੈਂਦਾ ਮਤਲਬ ਜੇ ਅੱਜ ਵੀ ਸੁਨੇਹਾ ਜੇ ਉੱਥੇ ਜਾਊਂਗਾ ਮਤਲਬ ਜੇ ਲੋਕਾਂ ਵਾਸਤੇ ਲੜਨਾ ਨਾ ਆਪਦਾ ਕੁਛ ਨਾ ਕੁਛ ਕਮਾਉਣਾ ਪਊਗਾ ਰਾਮ ਜੀ ਦੇਖਿਆ ਜਾਵੇ ਜਿਹੜੇ ਹਿਸਾਬ ਦੇ ਨਾਲ ਪ੍ਰੋਟੈਸਟ ਚੱਲ ਰਿਹਾ ਉਹਦੇ ਵਿੱਚ ਕਈ ਵਾਰੀ ਚੀਜ਼ਾਂ ਇਹ ਹੋ ਜਾਂਦੀਆਂ ਨੇ ਕਿਉਂਕਿ ਹੁਣ ਅੰਦੋਲਨ ਬਹੁਤ ਵੱਧ ਗਿਆ ਆਮ ਲੋਕ ਵੀ ਨਾਲ ਨੇ ਪਰੇਸ਼ਾਨੀਆਂ ਵੀ ਕਿਤੇ ਨਾ ਕਿਤੇ ਦਿਖਦੀਆਂ ਰਹੇਗੀਆਂ ਕਿ ਕੱਲ੍ਹ ਉਹ ਰੇਲ ਰੁਕ ਗਈ ਆ ਹੋਰ ਹੋ ਗਈ ਆ ਉਹ ਚੀਜ਼ਾਂ ਦੇਖ ਰਹੇ ਹੋ ਨਾਲ ਨਾਲ ਵਿਚਾਰ ਕਰ ਰਹੇ ਹੋ ਕਿਉਂਕਿ ਪੰਜਾਬ ਦਾ ਕਿਸਾਨ ਆਪ ਭਾਵੇਂ ਦੁਖੀ ਰਿਹਾ ਉਹਦਾ ਘਰ ਦੁਖੀ ਰਿਹਾ ਪਰ ਉਹਨੇ ਸਾਰੇ ਦੇਸ਼ ਨੂੰ ਖੁਸ਼ਹਾਲ ਕਰਕੇ ਰੱਖਿਆ ਰੱਖ ਰਹੇ ਹੋ ਸਾਰੀਆਂ ਚੀਜ਼ਾਂ ਦਾ ਧਿਆਨ ਇੱਕ ਤਾਂ ਇਹ ਕਾਨੂੰਨ ਸਾਡੇ ਇਕੱਲੇ ਕਿਸਾਨਾਂ ਦੇ ਖਿਲਾਫ ਨਹੀਂ ਹੈਗਾ ਇਹ ਵਪਾਰੀਆਂ ਦੇ ਖਿਲਾਫ ਹੈ ਇਹ ਆੜ੍ਹਤੀਆਂ ਦੇ ਖਿਲਾਫ ਹੈ ਇਹ ਮੁਲਾਜ਼ਮਾਂ ਦੇ ਖਿਲਾਫ ਹੈਗਾ ਸਾਰਿਆਂ ਦੇ ਖਿਲਾਫ ਹੈ ਆੜ੍ਹਤੀਆਂ ਨੂੰ ਮੈਂ ਸਾਡੇ ਮਾਨ ਸਾਹਿਬ ਜੀ ਇਕੱਠੇ ਕਰਕੇ ਪੁੱਛਿਆ ਵੀ ਬੋਲੋ ਮਤਲਬ ਹੁਣ ਤਕਲੀਫ ਝੱਲਣੀ ਹੈ ਫਿਰ ਤਾਂ ਤੁਹਾਡੀ ਆੜ੍ਹਤ ਰਹਿ ਜੂਗੀ ਜੇ ਸਾਬਣ ਨਹਾਉਣ ਨੂੰ ਮਿਲੂ ਕੋਈ ਫਰਕ ਨਹੀਂ ਪੈਂਦਾ ਫਿਰ ਆਜੂਗੀ ਸਾਬਣ ਉਹ ਕਹਿੰਦੇ ਨਾਲ ਆ ਕੱਲ੍ਹ ਸਾਨੂੰ ਉੱਥੇ ਫੰਡ ਇਕੱਠਾ ਕਰਕੇ ਦੇ ਕੇ ਗਏ ਨੇ ਕਿਸੇ ਸਮੇਂ ਸਰਾਰਤੀਆਂ ਜਬ ਵਿਰੋਧ ਚੱਲਦਾ ਸੀਗਾ ਉਹ ਕਲਮ ਵੱਧ ਘੱਟ ਲਾਉਂਦੇ ਸੀ ਅਸੀਂ ਕਲੇਸ਼ ਕਰ ਲਾਂਦੇ ਤੁਹਾਡੇ ਕੋਲ ਜੇ ਲੋਕ ਪਰ ਹੁਣ ਸਾਡਾ ਕੋਈ ਨਹੀਂ ਹੁਣ ਅਸੀਂ ਜੁੱਟਤਾ ਵਾ ਕਰਕੇ ਕਹਿੰਦੇ ਆਪਣਾ ਕਰਾਣੇ ਵਾਲੇ ਉਦੋਂ ਕੌਂਟਰ ਖੰਡ ਦੇ ਗਿਆ ਮਤਲਬ ਕੋਈ ਸੁੱਕੀ ਚਾਹ ਦੇ ਗਿਆ ਚੱਲੀ ਜਾਂਦਾ ਦੋਲਣ ਮਤਲਬ ਲੋਕਾਂ ਨੂੰ ਤਕਲੀਫ ਆਊ ਦੇਖੋ ਤਕਲੀਫ ਦੇਖੋ ਕਰਫਿਊ ਲੱਗਿਆ ਕਿ ਲੋਕਾਂ ਨੇ 5 ਮਹੀਨੇ ਤਕਲੀਫ ਚੱਲੀ ਨਹੀਂ ਵੀ ਆਹ ਤਾਂ ਸਾਡਾ ਸਾਰਾ ਕੁਝ ਰਹੇ ਜੇ ਲੋਕ ਹੁਣੀ ਤਕਲੀਫ ਚੱਲਣੀ ਚੱਲਣਗੇ ਕਦੋਂ ਮਜ਼ਦੂਰ ਦਿਹਾੜੀ ਕਿੱਥੇ ਕਰੂਗਾ ਜੋ 30,000 ਕਿੱਲਿਆ ਫਾਰਮ ਬਣ ਗਿਆ ਉਹ ਤਾਂ ਮਤਲਬ ਵੱਡੀਆਂ ਤਾਰਾਂ ਲਾਉਣਗੇ ਸਾਨੂੰ ਵੀ ਨਹੀਂ ਬਣਨ ਦਾ ਉੱਥੇ ਮਜ਼ਦੂਰ ਦਾ ਵਿਚਾਰਾ ਕੀ ਬਣ ਜੂਗਾ ਇਹ ਹੁਣ ਜੇ ਅਸੀਂ ਬਚਾਉਣੀ ਹੈ ਪੰਜਾਬ ਦੀ ਧਰਤੀ ਬਚਾਉਣੀ ਹੈ ਪੰਜਾਬ ਦਾ ਮਜ਼ਦੂਰ ਬਚਾਉਣਾ ਆੜ੍ਹਤੀ
ਪੰਜਾਬ ਵਾਲਿਆਂ ਤੋਂ ਖੁਸ਼ ਹੋ ਸੈਸ਼ਨ ਬੁਲਾ ਲਿਆ ਉਹਨਾਂ ਨੇ ਆਏ ਸੀ ਅੱਜ ਮੰਤਰੀ ਤੇ ਇੱਕ ਸਲਾਹਕਾਰ ਆਏ ਸੀਗੇ ਕਿ ਖੁਸ਼ ਹੋ ਆਖਰ ਤੁਹਾਡੀ ਗੱਲ ਮੰਨ ਲਈ ਸਿਫਤ ਹੈਗੀ ਉਹਨਾਂ ਦੀ ਖੁਸ਼ ਤਾਂ ਅਸੀਂ ਉਦੇ ਹੋਵਾਂਗੇ ਕੋਈ ਇੱਕ ਬੁੜੇ ਨੂੰ ਕਹਿਣ ਲੱਗਿਆ ਮੁੰਡਾ ਕਹਿੰਦਾ ਬਾਪੂ ਮੈਂ ਦਾਰੂ ਦਾ ਢੋਲ ਪਾਤਾ ਤੇਰੇ ਵਾਸਤੇ ਕਹਿੰਦਾ ਨਾ ਮੈਨੂੰ ਯਕੀਨ ਉਹ ਕਹਿੰਦਾ ਬਸ ਬਣ ਗਈ ਕਹਿੰਦਾ ਮੈਨੂੰ ਯਕੀਨ ਉਹ ਕਹਿੰਦਾ ਤੈਨੂੰ ਯਕੀਨ ਕਰ ਦਿਓ ਕਹਿੰਦਾ ਜਿੱਦੇ ਪੇਗ ਪਾ ਕੇ ਫੜਾ ਦੇਗਾ ਮੈਨੂੰ ਯਕੀਨ ਉਦੇ ਆਊਗਾ ਜਿੱਦੇ ਰਾਜ ਨੇ ਕੁਛ ਕਰਤਾ ਉਹਨੂੰ ਕੈਸਰ ਕੁਸਰ ਕਰਤਾ ਇੱਦਾਂ ਉਦੇ ਜਾਣਾਂਗੇ ਵੀ ਕਰਤਾ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈ ਵੀ ਫਿਰ ਸਿਫਤ ਵੀ ਉਹਨਾਂ ਨੂੰ ਇੱਕ ਗੱਲ ਕਰਤੀ ਜਿਹੜਾ ਅੱਜ ਘਰਾਓ ਕਰਨ ਦੀ ਗੱਲ ਉਹਨਾਂ ਦਾ ਉਹ ਕਿਹੜਾ ਪੋਸਟਪੋਨ ਕਰਤਾ ਸੀ ਬੀਜੇਪੀ ਲੀਡਰ ਤੇ ਪਥਰਾਓ ਹੋ ਜਾਂਦਾ ਉਹਦੇ ਇੱਟਾਂ ਰੋੜੇ ਚਲੇ ਜਾਂਦੇ ਨੇ ਜਾਂ ਕਹੀਏ ਕਿ ਉਹਦੀ ਗੱਡੀ ਭੰਨ ਦਿੱਤੀ ਜਾਂਦੀ ਆ ਉਦੋਂ ਬਾਅਦ ਕਿਹਾ ਜਾਂਦਾ ਕਿ ਕੋਈ ਕਹਿੰਦਾ ਕਿਸਾਨਾਂ ਨੇ ਕਰਿਆ ਕੋਈ ਕਾਂਗਰਸੀ ਕਹਿੰਦੇ ਕਾਂਗਰਸੀਆਂ ਨੇ ਕਰਿਆ ਰੌਲਾ ਜਿਹਾ ਚੱਲੀ ਜਾਂਦਾ ਤੁਸੀਂ ਸਮਝਦੇ ਹੋ ਆਪਦੇ ਇਸ ਅੰਦੋਲਨ ਨੂੰ ਬਚਾ ਕੇ ਰੱਖਿਆ ਇਹੋ ਜਿਹੀਆਂ ਚੀਜ਼ਾਂ ਤੋਂ ਵੀ ਇਹੋ ਜਿਹੇ ਐਲੀਗੇਸ਼ਨ ਨਾ ਲੱਗਣ ਜਾਂ ਤੁਹਾਡਾ ਕੋਈ ਬੰਦਾ ਹਰਕਤ ਨਾ ਕਰੇ ਅਸੀਂ ਹਿੰਸਕ ਕਾਰਵਾਈ ਦੇ ਹੱਕ ਸਾਡੇ 30 ਜਥੇਬੰਦੀਆਂ ਦੇ ਲੀਡਰ ਹੀ ਨਹੀਂ ਹੈਗੇ ਸਾਡੇ ਵਰਕਰ ਵੀ ਨਹੀਂ ਹੈਗੇ ਹਿੰਸਕ ਕਾਰਵਾਈ 'ਤੇ ਅਸੀਂ ਮਤਲਬ ਵਿਸ਼ਵਾਸ ਹੀ ਨਹੀਂ ਕਰਦੇ ਅਸੀਂ ਕਹਿੰਦੇ ਹਾਂ ਕਿਸੇ 'ਤੇ ਹਮਲਾ ਕਰਨਾ ਗਲਤ ਹੈ ਕੋਈ ਕਿਸੇ ਪਾਰਟੀ ਦਾ ਕੋਈ ਹੈ ਉਹਦੇ ਮੁਰਦਾਬਾਦ ਦੇ ਨਾਰੇ ਲਾ ਸਕਦੇ ਹਾਂਗੇ ਮਾੜਾ ਮੋਟਾ ਜੇ ਕਿਸੇ ਉਹ ਘਰਾਓ ਕਰ ਸਕਦੇ ਹਾਂਗੇ ਉਹਦੇ ਬਾਰ ਕੇ ਜਾ ਕੇ ਧਰਨਾ ਦੇ ਸਕਦੇ ਹਾਂ ਉਹਦੀ ਸ਼ਾਨ ਦੇ ਖਿਲਾਫ਼ ਨਹੀਂ ਬੋਲਣਾ ਮੰਦਾ ਲੱਗ ਵੀ ਨਹੀਂ ਬੋਲਣਾ ਸਾਡਾ ਇੱਥੋਂ ਤੱਕ ਸਮਝਾਏ ਹੋਏ ਨੇਗੇ ਆਹ ਜੇ ਕਿਸੇ ਨੇ ਕਰਿਆ ਮੈਂ ਕਹਿੰਦਾ ਕਿਉਂਕਿ ਸਾਡੇ ਨੇ ਕਿਸੇ ਨੇ ਕਰਿਆ ਉਹ ਸਾਡਾ ਨਹੀਂ ਹੈਗਾ ਤੇ ਫਿਰ ਹੁਣ ਤੁਸੀਂ ਭਾਜਪਾ ਵਾਲਿਆਂ ਨੂੰ ਬੋਲਣ ਨਹੀਂ ਦਿੰਦੇ ਕਹਿੰਦੇ ਵਰਚੁਅਲ ਰੈਲੀ ਕਰਦੇ ਨੇ ਵਿਚਾਰੇ ਆਪਦੀ ਗੱਲ ਰੱਖਣ ਆਉਂਦੇ ਨੇ ਲੋਕਾਂ ਨੂੰ ਸਰਕਾਰਾਂ ਸਾਡੀਆਂ ਮੰਗਾਂ ਮੰਨਿਆ ਕਿਉਂ ਕਰਨ ਦਿੰਦਾਂਗੇ ਗਰੀਬ ਨੇ ਰੂਨੇ ਉਹਨੂੰ ਕਿਤੇ ਵੀ ਕਰਨ ਦਿੰਦੇ ਚਾਹੇ ਸਾਨੂੰ ਪੁਲਿਸ ਕੁੱਟੀ ਮਤਲਬ ਕੁਛ ਵੀ ਕਰ ਲਏ ਪਰ ਹੁਣ ਸਾਨੂੰ ਪਤਾ ਇੱਥੇ ਕਾਂਗਰਸ ਦੀ ਸਰਕਾਰ ਹੈ ਮਤਲਬ ਕਿਉਂ ਕੁੱਟੂਗੀ ਘੇਰਦੇ ਸੀ ਭਾਰਤੀ ਜਨਤਾ ਪਾਰਟੀ ਨੂੰ ਜਾਂਦਾ ਕਿਸਾਨ ਵੀ ਸਿਆਸੀ ਹੋ ਗਿਆ ਠੀਕ ਹੈ ਜੀ ਬਿਲਕੁਲ ਬਿਲਕੁਲ ਰੋਦੂ ਰਾਮ ਜੀ ਨੇ ਸਾਫ਼ ਤੌਰ 'ਤੇ ਕਿਹਾ ਕਿ ਕੋਈ 40 ਸਾਲਾਂ ਦਾ ਤਜਰਬਾ ਕੋਈ ਛੋਟੀ ਗੱਲ ਨਹੀਂ ਹੈਗੀ ਅਤੇ ਬੇਸ਼ੱਕ IAS ਅਫਸਰ ਸਮਝਾ ਰਿਹਾ ਸੀ ਪਰ ਕਿਸਾਨ ਉਲਟਾ ਸਮਝਾ ਕੇ ਆ ਗਏ ਕਿ ਅਸੀਂ ਸਮਝੇ ਹੋਏ ਹਾਂ ਤੁਸੀਂ ਅੱਗੇ ਨੂੰ ਦੇਖੋ ਕਿਹਾ ਜਾ ਸਕਦਾ ਅੰਦੋਲਨ ਵੱਧ ਚੁੱਕਿਆ ਹੈਗਾ ਅਤੇ ਕਿਸਾਨ ਕਹਿੰਦਾ ਪਿੱਛੇ ਉਹਦੀ ਹਟਾਂਗੇ ਜਦੋਂ ਕੋਈ ਗੱਲ ਮੰਨੀ ਗਈ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੀਤ ਸਿੰਘ ਜੋਸ਼ੀ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ